ਇੱਕ ਗੋਮ ਦੇ ਪੰਜ ਤਖਤ ਹਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਤਖਤ ਹੈ ਜੋ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਜਿਸ ਦੀ ਸਥਾਪਨਾ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਨੇ ਕਰਵਾਈ ਸੀ ਅਕਾਲ ਤਖਤ ਸਾਹਿਬ ਜਿਸ ਦਾ ਅਰਥ ਹੈ ਉਸ ਖੁਦਾ ਉਸ ਪਰਮੇਸ਼ਰ ਅਕਾਲ ਪੁਰਖ ਦਾ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਉਹ ਤਖਤ ਸਾਹਿਬ ਹੈ ਜਿੱਥੇ ਹਰਸ਼ਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 30 ਅਪ੍ਰੈਲ 1999 ਦਿਵਸ ਆਖੀ ਜੋ ਬਸਾਖੀ ਪੁਰਬ ਆਪਾਂ ਤੇਨਾ اپریل 2024 ਦਿਨ ਸ਼ਨੀਵਾਰ ਨੂੰ ਦੁਨੀਆ ਭਰ ਦੇ ਵਿੱਚ ਬਨਾਇਆ ਹੈ ਤਖਤ ਸ੍ਰੀ ਕੀਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਸ਼ੋਭਤ ਹੈ ਜਿਸ ਦਾ ਅਰਥ ਹੈ ਕੀਸਗੜ ਕੇਸਾਂ ਦਾ ਗੜ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਸਾਂ ਦੇ ਨਾਲ ਕਿ ਉਹਨਾਂ ਨੇ ਇੱਕ ਤਖਤ ਸਾਹਿਬ ਦਾ ਨਾਮ ਹੀ ਕੀਸਗੜ ਸਾਹਿਬ ਰੱਖ ਦਿੱਤਾ ਤਕ ਤਸਰੀਕ ਕਿਸ ਗੜ ਸਾਹਿਬ ਉਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਖੰਡੇ ਦੀ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕਰ ਦਿੱਤਾ ਉਹ ਜਿੱਚੜੀ ਉੱਡੀ ਤੋਂ ਡਰ ਜਾਂਦੇ ਸਨ ਜਿਹੜੇ ਨੰਗੀ ਕਰਦ ਜਿਨ੍ਹਾਂ ਨੇ ਕਦੇ ਨਹੀਂ ਪਕੜੀ ਸੀ ਉਹ ਜੇਹੀ ਤਾਕਤ ਵਰ ਦਿੱਤੀ ਹੈ ਮੁਰਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਨਾਮਾਂ ਦੇ ਪਿੱਛੇ ਸਿੰਘ ਅਤੇ ਬੀਬੀਆਂ ਦੇ ਨਾਮਾਂ ਦੇ ਪਿੱਛੇ ਕੌਰ ਦੇ ਟਾਈਟਲ ਬਖਸ਼ਿ ਤਖ਼ਲਸ ਬਖਸ਼ੇ ਜਿਸ ਦਾ ਬਲੌਗ ਆਪ ਜੀ ਦੇ ਨਾਲ ਬੋ ਆਪਾ ਸ਼ੇਅਰ ਕੀਤਾ ਹੈ ਕੁਝ ਦਿਨ ਪਹਿਲਾਂ ਸੋ ਆਪ ਜੀ ਉਹ ਬਲੌਗ ਵੀ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਦੀ ਪਾਹਲ ਛਕਾਈ ਨਾ ਪੰਜ ਪਿਆਰੇ ਸਹਿਬਾਨ ਨੂੰ ਭਾਈ ਦਿਆ ਸਿੰਘ ਕੋਈ ਤਰਮ ਸਿੰਘ ਕੋਈ ਹਿੰਮਤ ਸਿੰਘ ਕੋਈ ਬੂਖਾ ਸਿੰਘ ਕੋਈ ਸਾਹਿਬ ਸਿੰਘ ਖੁਦ ਉਹ ਨੋਤੰਬਰ ਸ਼ਕਤ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਡੇ ਅਤੇ ਅਜਿਹੀ ਤਾਕਤ ਵਰ ਗਈ ਉਹਨਾਂ ਦੇ ਵਿੱਚ ਕਿ ਉਹ ਇੱਕ ਇੱਕ ਸਿੰਘ ਸਵਾ ਸਵਾ ਲੱਖ ਦੇ ਨਾਲ ਟੱਕਰਾ ਕਰਦਾ ਹੋਇਆ ਚਮਕੌਰ ਦੀ ਗੜੀ ਇਸ ਦੀ ਗਵਾਹੀ ਪਰਦੀ ਹੈ ਸਵਾ ਲੌਕ ਸੇ ਇੱਕ ਲੜਾਉ ਤਪੈ ਗੋਬਿੰਦ ਸਿੰਘ ਨਾਮ ਕਹਾ ਬਾ ਪ੍ਰਗਟਿਓ ਮਰਦ ਅਗਮਲਾ ਬਰਿਆ ਮੈਂ ਇਕਲਾ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰਚੇਲਾ ਤਖਤ ਹਰਮੰਦਰ ਜੀ ਪਟਨਾ ਸਾਹਿਬ ਸਟੇਟ ਬਿਹਾਰ ਉਹ ਸਥਾਨ ਜਥੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਪਰਗਟ ਹੋਏ 207 ਸਤ ਸਨ 1668 ਇਸਵੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਧੰਨ ਮਾਤਾ ਗੁਜਰਕੌਰ ਜੀਆਂ ਦੇ ਪਾਵਨ ਕਰੈ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਸਬਕਿੱਤ ਲਵੰਡੀ ਜ਼ਿਲ੍ਹਾ ਬਠਿੰਡਾ ਉਹ ਪਾਵਨ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1705 ਵਿੱਚ ਗੁਰੂ ਗ੍ਰੰਥ ਸਾਹਿਬ ਜੀਵਾਂ ਦੇ ਪਾਵਨ ਸਰੂਪ ਆਪ ਲਖਵਾਏ ਜਿਸ ਦੇ ਵਿੱਚ ਭਾਈ ਮਨੀ ਸਿੰਘ ਜੀ ਜੋ ਲਖਾਰੀ ਸਨ ਅਤੇ ਸਹਾਇਕ ਲਖਾਰੀ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਪਾਣੀ ਅੰਮ੍ਰਿਤ ਸਾਰੇ ਪ੍ਰਭਾਣੀ ਕਹਿ ਸੇਵਕ ਜਨ ਮੰਗੇ ਪ੍ਰਤੱਖ ਗੁਰੂ ਨਿਸਤਾਰੇ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਉਹ ਪਾਵਨ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਖਰੀ ਸਥਾਨ ਅੰਤਮ ਸਥਾਨ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਈਸਵੀ ਦੇ ਵਿੱਚ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤ ਸ੍ਰੀ ਹਜੂਰ ਸਾਹਿਬ ਅਬਚਨ ਨਗਰ ਨੰਦੇੜ ਮਹਾਰਾਸ਼ਟਰ ਵਿਖੇ ਹੀ ਜੋਤੀ ਜੋਤ ਸਮਾਉਂਦੇ ਹਨ ਅਤੇ ਇੱਥੇ ਹੀ ਹੁਕਮ ਕਰਦੇ ਹਨ ਕਿ ਅੱਜ ਤੋਂ ਜੋ ਸਿੱਖਾਂ ਦੇ ਗੁਰੂ ਹਨ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੁਰਾਂ ਕੀ ਦੇਹ ਇਹਨਾਂ ਨਾਮ ਮਾਧੋਦਾਸ ਸੀ ਤੇ ਜਿਸ ਨੂੰ ਅੰਮ੍ਰਿਤ ਦੀ ਦਾਤ ਵਖਸ ਕੇ ਖੰਡੇ ਦੀ ਪਹੋਲ ਛਕਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਰਬਖਸ਼ ਸਿੰਘ ਜਿਸਨਾਂ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਵੀ ਕਹਿੰਦੇ ਹਾਂ ਤੇ ਇਤੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਸਿੰਘਾਂ ਦੇ ਨਾਲ ਹੋਰ ਸਿੰਘਾਂ ਨਾਲ ਭੇਜ ਕੇ ਪੰਜਾਬ ਨੂੰ ਜਥਾ ਭੇਜਦੇ ਹਨ ਜੋ ਕਿ ਸਰਹੰਦ ਦੀ ਇੱਟ ਦੇ ਨਾਲ ਟਕੜਕਾਉਂਦੇ ਹਨ ਤੇ ਜਨਮ ਦਾ ਨਾਸ ਕਰਦੇ ਹਨ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਜੂਰ ਸਾਹਿਬ ਦੀ ਪਾਵਨ ਧਰਤੀ ਤੋਂ ਭੇਜਦੇ ਹਨ